ब्रॉडवे तुहाडे विदेश जाण दे सुपनियां नूं देवेगा हकीकत दी उड़ान। सस्का दोस्तो, मैं परजीत ब्रॉडवे इमिग्रेशन सर्विसेज तों। सो हमेशा इस चैनल दे थ्रू साडी कोशिश रहिंदी है तुहानूं अपडेटेड रखण दी। और ब्रॉडवे दीआं सर्विसेज जिहड़े दोस्त लैणा चाहुंदे आ, इट्स वेरी सिंपल। हुण ब्रॉडवे दा ऑफिस है तुहाडे घर। जी हाँ, बिल्कुल, तुसीं ऑनलाइन साडीआं सारीआं सर्विसेज लै सकदे हो। यू नीड टू सिंपली विजिट आवर वैबसाइट broadwaystudy.com। उत्थे जाके अपनी बुक योर वीडियो काउंसलिंग दा फॉर्म पर और काउंसलिंग स्टार्ट हो जाएगी तुहाडे नाल साडी टीम दे वल्लों। और अपने सारे सवाल जवाब क्वेश्चन दे आंसर लैण तों बाद तुसीं ऑनलाइन घर बैठे साडे नाल अप्लाई कर सकते। सो अज दा इंपोर्टेंट अपडेट है जी, ट्रैवल बैन कैनेडा। सो उन्हों लैके सब तो पहला मेरी रिक्वेस्ट रहूगी चैनल नूं सबसक्राइब करके रखो, क्योंकि यह चैनल तुहानूं डिलीवर करता है सब तो पहला इंपोर्टेंट न्यूज़, चाहे वह स्टडी अब्रॉड लैके किसी भी कंट्री नाल जुड़ियां होण, चाहे कैनेडा होवे, यूके होवे, आस्ट्रेलिया। सो ट्रैवल बैन जिन्हों की आप लगातार देखते आ रहे हैं कि जून च लगा सी और उस तो बाद लगातार हर महीने रोल अप हुंदा रहा। सो हर महीने वधदा रहा। हुण 30 सितंबर नूं ਇਹਦੀ ਡੈਡਲਾਈਨ ਸੀ ਔਰ ਉਸਦੇ ਉੱਪਰ ਹੁਣ ਅਪਡੇਟ ਆਪਾਂ ਵੇਟ ਕਰ ਰਹੇ ਸੀ। ਆਲਰੇਡੀ ਮੈਂ ਸਵੇਰੇ ਵੀ ਸ਼ੋਅ ਪਾਇਆ ਸੀ ਕਿ ਆਹ ਅਗਲੇ 48 ਘੰਟਿਆਂ 'ਚ ਆਪਾਂ ਨੂੰ ਅਪਡੇਟ ਕੈਨੇਡਾ ਤੋਂ ਆਉਣੇ ਆ। ਸੋ ਪਹਿਲਾ ਅਪਡੇਟ ਕੈਨੇਡਾ ਤੋਂ ਆ ਚੁੱਕਾ ਜੀ ਟਰੈਵਲ ਬੈਨ ਨੂੰ ਲੈ ਕੇ। ਤੁਸੀਂ ਇਹਦੀ ਕਨਫਰਮੇਸ਼ਨ ਦੇ ਲਈ ਇਹਦੀ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ, ਉਸ ਲਿੰਕ ਨੂੰ ਦੇਖ ਸਕਦੇ ਹੋ। ਉਹ ਲਿੰਕ 'ਤੇ ਪੂਰੀ ਡਿਟੇਲ ਹੈ। CIC ਨਿਊਜ਼ ਵੈਬਸਾਈਟ ਜਿਹੜੀ ਕਿ ਉੱਥੋਂ ਦੀ ਅਫੀਸ਼ੀਅਲ ਵੈਬਸਾਈਟ ਹੈ, ਉੱਥੋਂ ਇਹ ਅਪਡੇਟ ਮੈਂ ਤੁਹਾਨੂੰ ਦੇ ਰਿਹਾ ਕਿ ਕੈਨੇਡਾ ਨੇ ਆਪਣਾ ਟਰੈਵਲ ਬੈਨ ਜਿਹੜਾ ਕਿ 30 ਸਤੰਬਰ ਤੱਕ ਸੀਗਾ ਉਹਨੂੰ ਵਧਾ ਕੇ 31 ਅਕਤੂਬਰ ਤੱਕ ਐਕਸਟੈਂਡ ਕਰ ਦਿੱਤਾ। ਜੀ ਹਾਂ, ਇਹ 31 ਅਕਤੂਬਰ ਤੱਕ ਫਿਰ ਦੁਬਾਰਾ ਇਹ ਟਰੈਵਲ ਐਕਸਟੈਂਡ ਹੋ ਗਿਆ। ਇਹਦੇ ਵਿੱਚ ਹਜੇ ਜੋ ਰਿਲੈਕਸੇਸ਼ਨ ਪਹਿਲਾਂ ਚੱਲ ਰਹੀਆਂ ਸੀ, ਜਿਹਦੇ ਵਿੱਚ 18 ਮਾਰਚ ਤੋਂ ਪਹਿਲਾਂ ਵੀਜ਼ਾ ਲੈ ਚੁੱਕੇ ਸਟੂਡੈਂਟਸ ਜਾਂ ਪਰਮਾਨੈਂਟ ਰੈਜੀਡੈਂਸੀ ਵਾਲੇ ਜਾਂ ਕੁਛ ਇੰਪੋਰਟੈਂਟ ਟਰੈਵਲਰਸ, ਮੈਡੀਕਲ ਸਰਵਿਸਿਸ ਲੈਣ ਵਾਲੇ ਜਾਂ ਹੋਰ ਕੁਛ ਵਰਕ ਪਰਮਿਟਸ ਵਾਲੇ, ਉਹ ਸਾਰੀਆਂ ਜਿਹੜੀਆਂ ਰਿਲੈਕਸੇਸ਼ਨ ਸੀ ਉਹੀ ਹਜੇ ਕੰਟੀਨਿਊ ਰਹਿਣਗੀਆਂ। ਇਹਦੇ ਵਿੱਚ ਨਵਾਂ ਵੀਜ਼ਾ ਲੈ ਚੁੱਕੇ, AIP ਲੈ ਚੁੱਕੇ ਸਟੂਡੈਂਟਸ ਬਾਰੇ ਕਿਸੇ ਤਰ੍ਹਾਂ ਦਾ ਵੀ ਹਜੇ ਕੋਈ ਰਿਲੈਕਸੇਸ਼ਨ ਕ੍ਰੀਏਟ ਨਹੀਂ ਹੋਇਆ। ਸੋ ਇਹ ਹੁਣ ਆਉਣ ਵਾਲੇ ਦਿਨਾਂ 'ਚ ਦੇਖਾਂਗੇ, ਕਿਉਂਕਿ ਹਜੇ ਇਹ ਅਪਡੇਟ ਖਤਮ ਨਹੀਂ ਹੋਏ। ਹਜੇ ਅਗਲੇ 24 ਤੋਂ 48 ਘੰਟਿਆਂ 'ਚ ਆਪਾਂ ਨੂੰ ਹੋਰ ਇੰਪੋਰਟੈਂਟ ਕੈਨੇਡਾ ਤੋਂ ਅਪਡੇਟ ਆਉਣੇ ਆ। ਖਾਸ ਕਰਕੇ ਜਨਵਰੀ ਫਾਈਲਿੰਗ ਦੇ ਉੱਤੇ ਆਪਾਂ ਐਕਸਪੈਕਟ ਕਰ ਰਹੇ ਹਾਂ, ਸਟੂਡੈਂਟਸ ਨੂੰ ਲੈ ਕੇ ਸਿਚੁਏਸ਼ਨ ਦੇ ਉੱਤੇ ਅਸੀਂ ਐਕਸਪੈਕਟ ਕਰ ਰਹੇ ਹਾਂ, ਆਫਲਾਈਨ ਫਾਈਲਾਂ ਨੂੰ ਲੈ ਕੇ ਵੀ ਹਜੇ ਅਪਡੇਟ ਐਕਸਪੈਕਟ ਕਰ ਰਹੇ ਹਾਂ। ਸੋ ਇਹ ਪਹਿਲਾ ਅਪਡੇਟ ਹੈ ਜਿਹੜਾ ਕਿ ਅੱਜ ਈਵਨਿੰਗ ਸਾਡੇ ਕੋਲ ਪਹੁੰਚਿਆ ਔਰ ਮੈਂ ਉਸੇ ਵੇਲੇ ਤੁਹਾਨੂੰ ਦੇ ਰਿਹਾ ਕਿ ਕੈਨੇਡਾ ਦਾ ਟਰੈਵਲ ਬੈਨ 31 ਅਕਤੂਬਰ ਤੱਕ ਵੱਧ ਚੁੱਕਾ ਹੈ। ਸੋ ਜਿਹੜੇ ਬੱਚਿਆਂ ਨੇ AIP ਲਿਆ ਸੀ ਉਹ ਐਸੇ ਸ਼ਰਤ 'ਤੇ ਲਿਆ ਸੀ ਕਿ ਉਹ ਆਨਲਾਈਨ ਪੜ੍ਹਨਗੇ, ਐਸੇ ਵੀ ਸ਼ਾਇਦ ਉਹਨਾਂ ਲਈ ਹਜੇ ਕੋਈ ਰਿਲੈਕਸੇਸ਼ਨ ਨਹੀਂ ਗਾ ਕਿ ਉਹ ਹਜੇ ਆਨਲਾਈਨ ਪੜ੍ਹਨ ਲਈ ਕਮਿਟਿਡ ਹੈ। ਸੋ ਆਪਣਾ ਆਨਲਾਈਨ ਪੜ੍ਹਾਈ ਕਰਨ, ਜਿਨ੍ਹਾਂ ਨੇ ਐਕਸਟੈਂਡ ਕਰ ਲਿਆ ਮਤਲਬ ਡਿਲੇ ਕਰ ਲਿਆ ਜਾਂ ਆਪਾਂ ਨੂੰ ਕਹੀਏ ਡੈਫਰ ਕਰ ਲਿਆ, ਤਾਂ ਉਹ ਆਪਣੇ ਡੈਫਰ ਫਾਰਮੈਟ 'ਤੇ ਰਹਿਣਗੇ। ਸੋ ਫਿਲਹਾਲ ਹਜੇ ਟਰੈਵਲਿੰਗ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਰਿਲੈਕਸੇਸ਼ਨ ਜਾਂ ਆਪਾਂ ਕਹੀਏ ਐਡੀਸ਼ਨਲ ਰਿਲੈਕਸੇਸ਼ਨ ਜਿਹੜੀ ਹੈ ਜੀ ਉਹ ਐਮਬੈਸੀ ਵੱਲੋਂ ਨਹੀਂ ਗੀ। ਸੋ ਟਰੈਵਲ ਬੈਨ 31 ਅਕਤੂਬਰ ਤੱਕ ਕੰਟੀਨਿਊ ਰਹੂਗਾ। ਜਿਹੜੇ ਬਾਕੀ ਦੇ ਨਵੇਂ ਅਪਡੇਟਸ ਨੇ, ਕੀ ਅਪਡੇਟਸ ਨੇ, ਕਦੋਂ ਤੱਕ ਆਉਂਦੇ ਨੇ, ਉਮੀਦ ਹੈ ਅਗਲੇ 48 ਘੰਟਿਆਂ 'ਚ ਪਿਕਚਰ ਕਾਫੀ ਕਲੀਅਰ ਹੋਏਗੀ। ਸੋ ਇਹ ਪਹਿਲਾ ਅਪਡੇਟ ਹੈ, ਇਹਨੂੰ ਨੋਟ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਹਰ ਆ ਰਹੇ ਇੰਪੋਰਟੈਂਟ ਔਰ ਲੇਟੈਸਟ ਅਪਡੇਟ ਨਾਲ ਤੁਹਾਨੂੰ ਇਸ ਚੈਨਲ ਦੇ ਥਰੂ ਜੋੜਿਆ ਜਾਵੇ। ਸੋ ਲਾਈਵ ਸੈਸ਼ਨ ਸਾਡਾ ਐਵਰੀ ਮਾਰਨਿੰਗ ਹੁੰਦਾ ਹੀ ਹੈ 9:30 ਵਜੇ। ਸੋ ਇਹ ਗੱਲਬਾਤ ਆਪਾਂ ਸਵੇਰੇ ਵੀ ਜਾਰੀ ਰੱਖਾਂਗੇ, ਜੋ ਵੀ ਤੁਹਾਡੇ ਸਵਾਲ ਹੈ, ਕੁਐਸਚਨ, ਉਹ ਵੀ ਲਵਾਂਗੇ। ਅੱਜ ਦੇ ਲਈ ਇੰਨਾ, ਫਿਰ ਮਿਲਾਂਗੇ, ਸਤਿ ਸ਼੍ਰੀ ਅਕਾਲ। ਜ਼ਿਆਦਾ ਸਮਾਂ ਤੁਹਾਡਾ ਮੈਂ ਸਟਾਰਟਿੰਗ 'ਚ ਨਹੀਂ ਲਊਂਗਾ, ਸਿਰਫ 1 ਮਿੰਟ ਦਾ ਵੀਡੀਓ ਰਹੇਗਾ। 30 ਸੈਕਿੰਡ ਦੀਆਂ 2 ਇੰਪੋਰਟੈਂਟ ਗੱਲਾਂ ਦੱਸਣੀਆਂ ਚਾਹੂੰਗਾ। ਸਭ ਤੋਂ ਪਹਿਲਾਂ ਵੱਧ ਰਹੀ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਆਨਲਾਈਨ ਯੂਟੀਲਾਈਜ਼ ਕਰੋ ਪਰਸਨਲ ਲਾਈਫ ਦੇ ਵਿੱਚ। ਸੋ ਬ੍ਰੌਡਵੇ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਵੀ ਆਨਲਾਈਨ ਸਰਵਿਸਿਜ਼ ਅਸਿਸਟ ਕਰ ਰਹੀ ਹੈ। ਤੁਸੀਂ ਸਾਡੀ ਵੈਬਸਾਈਟ 'ਤੇ ਜਾਓ broadwaystudy.com, ਬੁੱਕ ਯੋਰ ਕਾਉਂਸਲਿੰਗ ਦਾ ਫਾਰਮ ਭਰੋ ਔਰ 24 ਘੰਟੇ ਦੇ ਵਿੱਚ ਸਾਡੀ ਟੀਮ ਤੁਹਾਨੂੰ ਵੀਡੀਓ ਕਾਲ 'ਤੇ ਕਨੈਕਟ ਹੋਏਗੀ। ਤੁਸੀਂ ਆਪਣਾ ਪੂਰਾ ਪ੍ਰੋਫਾਈਲ ਡਿਸਕਸ ਕਰਕੇ ਘਰੇ ਬੈਠੇ ਆਪਣੇ ਕੇਸ ਨੂੰ ਇਨਰੋਲਡ ਕਰਕੇ ਚਲਾ ਸਕੋਗੇ ਔਰ ਬ੍ਰੌਡਵੇ ਤੁਹਾਨੂੰ ਵੀਜ਼ਾ ਤੱਕ ਦੀ ਸਾਰੀ ਸਰਵਿਸ ਆਨਲਾਈਨ ਘਰੇ ਬੈਠੇ ਦੇਗੀ। ਇਸ ਤੋਂ ਇਲਾਵਾ ਜਿਹੜੇ ਬੱਚੇ ਆਲਸ, PTE, ਡਿਊਲਿੰਗੋ ਦੀਆਂ ਕੋਚਿੰਗ ਲੈਣਾ ਚਾਹੁੰਦੇ ਆ, ਉਹਨਾਂ ਲਈ ਅਸੀਂ ਸਪੈਸ਼ਲ ਕਲਾਸਿਸ ਸਟਾਰਟ ਕੀਤੀਆਂ ਨੇ, ਜਿਹਦੇ ਵਿੱਚ 1 ਟੀਚਰ, 3 ਸਟੂਡੈਂਟ ਔਰ 1 ਘੰਟੇ ਦੀ ਡੈਡੀਕੇਟਿਡ ਕਲਾਸ ਹੋਏਗੀ। ਉਹਦੇ ਨਾਲ ਅਰਾਊਂਡ 12 ਤੋਂ 13 ਘੰਟੇ ਤੁਹਾਨੂੰ ਇੱਕ ਵਟਸਐਪ ਨੰਬਰ ਦਿੱਤਾ ਜਾਏਗਾ, ਆਵਰਸ ਉਹਦੇ ਦੱਸੇ ਜਾਣਗੇ, ਜਿਹਦੇ ਵਿੱਚ ਤੁਸੀਂ ਆਪਣੇ ਕੋਈ ਵੀ ਕੁਐਸਚਨ, ਡਾਊਟਸ ਡਿਊਰਿੰਗ ਦਾ ਪ੍ਰੈਕਟਿਸ ਜਿਹੜੀ ਤੁਸੀਂ ਘਰੇ ਕਰਦੇ ਹੋ ਉਹ ਪੁੱਛ ਸਕੋ। ਟੀਮ ਨਾਲ ਕਨੈਕਟ ਕਰੋ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।